tava de boa, acho que já. Eu vou olhar pra ele, olha ali! ਮਾਸ਼ਾਅੱਲਾ ਜੀ, ਸਾਲਣ ਆ ਗਿਆ ਜੀ, ਕੀ ਬਾਤ ਜੀ। ਅਸਲਾਮ ਅਲੈਕਮ ਸਾਰੇ ਦੋਸਤਾਂ ਨੂੰ, ਕੀ ਹਾਲ ਚਾਲ ਆ? ਸਭ ਦੋਸਤ ਠੀਕ ਠਾਕ ਨੇ, ਅੱਲਾਹ ਤਾਲਾ ਸਾਰਿਆਂ ਨੂੰ ਖੈਰ ਖਰੀਏ ਦੇ ਨਾਲ ਰੱਖੇ। ਤੁਸੀਂ ਯਕੀਨ ਕਰੋ, ਉਸਤਾਦ ਦੇ ਹੱਥ ਦੀ ਕੜਾਈ ਖਾਧੇ ਨੂੰ ਬੜੇ ਦਿਨ ਹੋ ਗਏ ਸੀਗੇ, ਅਤੇ ਬੜਾ ਦਿਲ ਕਰ ਰਿਹਾ ਸੀ। ਬੰਦੇ ਇੱਕ ਨੂੰ ਕਿਹਾ ਸੀ ਕਿ ਸਾਡੇ ਨਾਲ ਚੱਲੇ, ਮੁੰਡਾ ਦੋਸਤ ਆ ਸਾਡਾ, ਕਿ ਸਾਡੇ ਨਾਲ ਚੱਲ, ਸਾਡੇ ਨਾਲ ਕੜਾਈ ਖਾਵਾਂਗੇ ਚੱਲ ਕੇ, ਲੇਕਿਨ ਉਹ ਸਾਨੂੰ ਦੇ ਗਿਆ ਗੇੜਾ। ਕੱਲ੍ਹ ਉਹਨੂੰ ਬੜੀ ਤਕੀਰ ਕੀਤੀ ਸੀਗੀ ਕਿ ਭਾਈ ਤੂੰ 12 ਵਜੇ ਸਾਡੇ ਕੋਲ ਹੋਵੀਂ, ਲੇਕਿਨ ਉਹ 12:01 ਉਹਨੂੰ ਮੈਂ ਫੋਨ ਕੀਤਾ ਜੀ, ਮੈਂ ਭਾਈ ਆ ਰਿਹਾ ਅਤੇ ਜਾ ਰਿਹਾ, ਮੈਂ ਤਾਂ ਇੰਤਜ਼ਾਰ ਕਰ ਕਰਕੇ ਨਾ 1 ਵਜੇ ਆ ਗਿਆ ਵਾਂ। ਹੁਣ ਉਸਤਾਦ ਲੱਗਾ ਕੜਾਈ ਸ਼ੁਰੂ ਕਰਨ, ਉਸਤਾਦ ਚੁੱਲ੍ਹਾ ਚੁੱਲ੍ਹਾ ਬਾਲ ਰਿਹਾ ਵਾ, ਅਤੇ ਯਕੀਨ ਕਰੋ ਅੱਲਾ ਜਾਣਦਾ ਉਸਤਾਦ ਮੇਰਾ ਕੜਾਈ ਬਣਾਉਂਦਾ ਵਾ, ਪਰ ਸ਼ਰੀਕੇ ਦੇ ਵਿੱਚ 1 ਦਫ਼ਾ ਟੋਰ ਕੱਢ ਦਿੰਦਾ ਵਾ, ਮਜ਼ਾ ਆ ਜਾਂਦਾ ਕੜਾਈ ਖਾਣ ਦਾ। ਅਤੇ ਬੜੇ ਦਿਨ ਹੋ ਗਏ ਸੀ, ਮੇਰਾ ਦਿਲ ਕਰ ਰਿਹਾ ਸੀ ਉਸਤਾਦ ਦੇ ਹੱਥ ਦੀ ਕੜਾਈ ਖਾਣੀ ਆ। ਕੱਲ੍ਹ ਦਾ ਫੋਨ ਕੀਤਾ ਸੀ, ਉਸਤਾਦ ਜੀ ਕੜਾਈ ਖਵਾਓ, ਅੱਗੇ ਈਦ ਆਉਣ ਦੇ ਹੀ ਆ, ਅਤੇ ਉਸ ਤੋਂ ਪਹਿਲੇ ਪਹਿਲੇ ਕੜਾਈ ਖਾ ਲਈ, ਉਸਦੇ ਉਸਤਾਦ ਨੇ ਫੁਰ ਹੋ ਜਾਣਾ, ਨਿਕਲ ਜਾਣਾ ਪਿੰਡ ਨੂੰ, ਕਿਉਂਕਿ ਉਸਤਾਦ ਦੀਆਂ ਆਣੀਆਂ ਜਾਣੀਆਂ ਵੇਖੀ ਦੀਆਂ ਵਾਂ। ਉਸਤਾਦ ਦੀਆਂ ਸਿਰਫ ਜਾਣੀਆਂ ਹੀ ਵੇਖੀਆਂ, ਆਣੀਆਂ ਤਾਂ ਸਾਨੂੰ ਵੀ ਨਹੀਂ ਪਤਾ ਲੱਗਦਾ ਕਿ ਉਸਤਾਦ ਆ ਕਦੋਂ ਰਿਹਾ ਅਤੇ ਜਾ ਕਦੋਂ ਰਿਹਾ ਵਾ। ਅਤੇ ਉਸਤਾਦ ਬਣਾਉਂਦਾ ਹੁਣ ਕੜਾਈ, ਇਨਸ਼ਾਅੱਲਾ ਤਾਂ ਆਪਾਂ ਤੁਹਾਨੂੰ ਵਿਖਾਉਂਦੇ ਹਾਂ ਕਿ ਉਸਤਾਦ ਕਿਹੜੇ ਕਿਹੜੇ ਫਾਰਮੂਲੇ ਲਾਉਂਦਾ ਕੜਾਈ ਦੇ ਵਿੱਚ। ਅੱਜ ਰਾਤ ਵੀ ਪਤਾ ਕਰਕੇ ਜਾਣਾ ਮੈਂ ਕੜਾਈ ਦਾ, ਅਤੇ ਫਿਰ ਤੁਹਾਨੂੰ ਵੀ ਦਿਖਾਉਂਦੇ ਹਾਂ ਨਾਲ ਨਾਲ ਕਿ ਉਸਤਾਦ ਕਿਹੜੇ ਕਿਹੜੇ ਫਲੇਵਰ ਇਸਤੇਮਾਲ ਕਰਦਾ ਕੜਾਈ ਦੇ ਵਿੱਚ। ਸ਼ੁਰੂ ਕਰਦੇ ਹਾਂ ਇਨਸ਼ਾਅੱਲਾ ਉਸਤਾਦ ਦੀ ਕੁਕਿੰਗ ਦਾ ਆਗਾਜ਼। ਫਿਲਹਾਲ ਤਾਂ ਉਸਤਾਦ ਜੀ ਚੁੱਲ੍ਹਾ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ। ਸਭ ਤੋਂ ਪਹਿਲੇ ਉਸਤਾਦ ਨੇ ਉੱਪਰ ਰੱਖੀ ਖਾਲੀ ਕੜਾਈ। ਉਸਤਾਦ ਜੀ ਹੁਣ ਲੱਗੇ ਦੇਸੀ ਘਿਓ। ਉਸਤਾਦ ਜੀ ਦੇਸੀ ਘਿਓ ਕੜਾਈ ਬਣਾਉਣੀ? ਨਹੀਂ, ਕੁਕਿੰਗ ਆਇਲ। ਕੁਕਿੰਗ ਆਇਲ ਉਸਤਾਦ ਹੁਣ ਲੱਗਾ ਕੁਕਿੰਗ ਆਇਲ ਪਾਉਣ। ਹਸਬੈਂਡ ਜ਼ਾਇਕਾ ਉਸਤਾਦ ਜੀ? ਅੱਛਾ, ਕੋਈ ਨਹੀਂ, ਅੰਦਾਜ਼ੇ ਨਹੀਂ ਭਰਨਾ। ਚਲੋ ਜੀ ਉਸਤਾਦ, ਮੈਂ ਤਾਂ ਕਿਹਾ ਸੀ ਦੇਸੀ ਘਿਓ ਇਹਦੇ ਬਾਰੇ, ਉਸਤਾਦ ਕੁਕਿੰਗ ਆਇਲ ਇਸਤੇਮਾਲ ਕਰਨ ਲੱਗਾ, ਬਹੁਤ ਬ੍ਰਾਂਡ ਦਾ ਵਾ ਕੁਕਿੰਗ ਆਇਲ। ਖੁੱਲ੍ਹੇ ਦਿਲ ਨਾਲ ਹੀ ਪਾ ਲਿਆ ਉਸਤਾਦ ਨੇ ਆ ਕੇ। ਉਸਤਾਦ ਨੇ ਗੋਸ਼ਤ ਹੋ ਰਹੇ ਆ, 2 ਕਿਲੋ ਗੋਸ਼ਤ ਆ, ਨਾਲ ਤਲਾ ਬਹੁਤ ਮਿਹਨਤ ਕਰ ਰਿਹਾ ਵਾ, ਤਲਾ ਨੂੰ ਲਾਇਆ ਵਾ ਟੂਟੀ ਦੇ ਕੇ, ਸਾਫ਼ ਪਾਣੀ ਨੂੰ ਧੋ ਰਿਹਾ ਵਾ, ਤਲਾ ਵੀ ਮਿਹਨਤ ਕਰ ਰਿਹਾ ਵਾ ਨਾਲ। ਉਸਤਾਦ ਆ ਲੱਗ ਪਿਆ ਜੁੜ ਗਿਆ ਨਾਲ, ਕਹਿੰਦਾ ਮੁੰਡਾ ਇਕੱਲਾ ਥੱਕ ਜੂਗਾ। ਫਿਰ ਮਸਾਲੇ ਪੈਣੇ ਆ, ਪਿਆਜ਼ ਪਾਣੇ ਆ ਵਿੱਚ, ਪਹਿਲੇ ਪਿਆਜ਼ ਆ ਗਏ ਜੀ, ਉਸਤਾਦ ਉਹਨਾਂ ਨੇ ਸਾਰਾ ਪਾ ਲਿਆ ਮਾਲ ਜੱਗ ਚ, ਟਮਾਟਰ ਕੱਟੇ ਗ੍ਰੈਂਡ ਕਰਨਾ ਹੁੰਦਾ ਕਿਹੜਾ।
ਨਮਕ ਆ ਗਿਆ ਜੀ ਨਮਕ ਚਲੋ ਜੀ ਲਓ ਜੀ ਪਿਆਜ਼ ਦੀ ਗ੍ਰੇਵੀ ਪੈ ਗਈ ਵਿੱਚ ਸ਼ਮਾਨ ਸ਼ੁਰੂ ਹੋ ਗਿਆ ਉਸਤਾਦ ਜੀ ਬਾਕੀ ਉਸਤਾਦ ਜੀ ਯਕੀਨ ਕਰਿਆ ਜੀ ਪਿਆਜ਼ ਹੀ ਪਿਆ ਇਕੱਲਾ ਪਾਣੀ ਦਾ ਟੱਚ ਵੀ ਹੇਠਾਂ ਉਸਤਾਦ ਨੇ ਹਲਕਾ ਜਿਹਾ ਮਸ਼ਲਾ ਰੰਗਤ ਆ ਰਹੀ ਹੈ ਹੌਲੀ ਹੌਲੀ ਅਤੇ ਉਸਤਾਦ ਮਸਾਲੇ ਮਸੂਲੇ ਪਾ ਗਿਆ ਵਾ ਅਜੇ ਪਾਣੀ ਆ ਫਿਰ ਤੁਹਾਨੂੰ ਚੈੱਕ ਕਰਾਉਣੇ ਮਸਾਲੇ ਉਸਤਾਦ ਕਿਹੜੇ ਕਿਹੜੇ ਪਾਉਣਾ ਉਸਤਾਦ ਨੇ ਲਾ ਤਾ ਦਮ ਤਦ ਕਿੰਨੇ ਮਿੰਟ ਦਾ ਪਾ ਦਮ ਤਿੰਨ ਚਾਰ ਮਿੰਟ ਦਾ ਲਾਤਾ ਸਾਧ ਨੇ ਦਮ ਗੋਸ਼ਤ ਜਿਹੜਾ ਸਵਾਰ ਕੇ ਗਲ ਜਾਵੇ ਸਾਧ ਹੋਣੀ ਕਹਿ ਰਹੇ ਆ ਸਵਾਰ ਕੇ ਗਲੇਗਾ ਅਤੇ ਗੋਸ਼ਤ ਦਾ ਮਜ਼ਾ ਆਏਗਾ ਸਾਧ ਹੋਣੀ ਕੱਟ ਰਹੇ ਆ ਇਸ ਟਾਈਮ ਬਰੀਕ ਬਰੀਕ ਅਦਰਕ ਕਿਆ ਬਾਤ ਹੈ ਕਿਆ ਬਾਤ ਹੈ ਉੱਤੇ ਲੱਛੇ ਅਦਰਕ ਦੇ ਕਿਆ ਬਾਤ ਨਾਲ ਸਾਧ ਬਣਾ ਰਿਹਾ ਹਲਕੀ ਜਿਹੀ ਹਰੀ ਮਿਰਚ ਕੱਟ ਰਿਹਾ ਉੱਤੇ ਸ਼ਸ਼ਕਾ ਦੇਣ ਵਾਸਤੇ ਸਾਧ ਨਹੀਂ ਯਕੀਨ ਕਰੋ ਫੜਿਆ ਜਾ ਰਿਹਾ ਪਸੀਨੋ ਪਸੀਨੇ ਹੋਇਆ ਪਿਆ ਕੜਾਈ ਬਣਾਉਣ ਦੇ ਚੱਕਰ 'ਚ ਸਾਧ ਕਹਿੰਦਾ ਮੇਰਾ ਹੱਥ ਨਾ ਰੋਗ ਪਿਛਾਂ ਹੋ ਕੇ ਖੜੋ ਜ਼ਰਾ ਲਓ ਜੀ ਮਾਸ਼ਾਅੱਲਾ ਭੁੱਜ ਰਿਹਾ ਵਾ ਗੋਸ਼ਤ ਐਂਡ 'ਤੇ ਚੱਲ ਰਿਹਾ ਮਾਸ਼ਾਅੱਲਾ ਕਰੀਬ 'ਤੇ ਆ ਗਈ ਆ ਕੜਾਈ ਦੀ ਰੰਗਤ ਚੈੱਕ ਕਰੋ ਅਤੇ ਸਾਧ ਦਾ ਪਸੀਨਾ ਚੈੱਕ ਕਰੋ ਸਾਧ ਦੀਆਂ ਗਰਮੀ ਦਾ ਮੌਸਮ ਆ ਸਾਧ ਜੀ ਤਾਂ ਹੁਣ ਪਸੀਨਾ ਇਹੀ ਗੱਲਾਂ ਤੋਂ ਸਾਧ ਜੀ ਯਕੀਨ ਕਰੋ ਮੇਰਾ ਬੜੇ ਦਿਨਾਂ ਤੋਂ ਕੜਾਈ ਖਾਣ ਨੂੰ ਦਿਲ ਕਰ ਰਿਹਾ ਸੀਗਾ ਅਤੇ ਮੈਂ ਕਿਹਾ ਸੀ ਮੈਂ ਆਪਣੇ ਉਸਤਾਦ ਦੇ ਹੱਥ ਦੀ ਕੜਾਈ ਖਾਣੀ ਆ ਅਤੇ ਮੇਰਾ ਨਾ ਅੱਜ ਕੋਈ ਮਹੀਨਾ ਹੋ ਚੱਲਾ ਮੇਰਾ ਦਿਲ ਕਰ ਟਾਈਮ ਨਹੀਂ ਸੀ ਲੱਗ ਰਿਹਾ ਅਤੇ ਟਾਈਮ ਅਸੀਂ ਇੱਕ ਬੰਦੇ ਨਾਲ ਬਣਾਇਆ ਸਾਨੂੰ ਉਹ ਦੇ ਗਿਆ ਧੋਖਾ ਇਹ ਗੱਲ ਹਮੇਸ਼ਾ ਧੋਖਾ ਦੇ ਜਾਂਦਾ ਸਾਨੂੰ ਇਹ ਗੱਲ ਬੜੀ ਕੁੱਲ ਸਾਨੂੰ ਪਸੰਦ ਨਹੀਂ ਆਈ ਇਸ ਚੀਜ਼ ਦੀ ਅਸੀਂ ਕਦੀ ਕਿਸੇ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਹੈ ਚਲੋ ਖੈਰ ਉਹਦਾ ਆਪਣਾ ਕੋਈ ਕੰਮ ਹੋਏਗਾ ਉਸਨੇ ਨਹੀਂ ਦਿੱਤਾ ਟਾਈਮ ਅਤੇ ਕੜਾਈ ਸਾਡੀ ਹੁਣ ਬਿਲਕੁਲ ਤਿਆਰ ਨਹੀਂ ਦੇ ਚਾ ਇਨਸ਼ਾਅੱਲਾ ਹੁਣ ਇਹ 'ਚ ਪਾਉਣ ਲੱਗਾ ਸਾਧ ਦਹੀਂ ਦਹੀਂ ਪਾਓਗੇ ਸਾਜੀ ਹਾਂ ਥੋੜ੍ਹਾ ਜਿਹਾ ਦਹੀਂ ਪਾਵਾਂਗੇ ਗ੍ਰੇਵੀ ਹੋਰ ਜ਼ਿਆਦਾ ਬਣ ਜਾਵੇ ਕਿਆ ਬਾਤ ਹੈ ਯਾਰ ਕਿਆ ਬਾਤ ਹੈ ਸਾਧ ਜੀ ਪੂਰੇ ਮਸਾਲੇ ਪਾ ਰਿਹਾ ਕੜਾਈ ਕਾਲੀ ਮਿਰਚ ਪੈਣ ਲੱਗੀ ਹੋਈ ਕਾਲੀ ਮਿਰਚ ਦਾ ਛੱਟਾ ਆ ਗਿਆ ਸਾਧ ਜੀ ਕਿਆ ਬਾਤ ਹੈ ਸਾਧ ਜਦੋਂ ਕਾਲੀ ਮਿਰਚ ਪਾ ਰਿਹਾ ਯਕੀਨ ਕਰੋ ਨਹੀਂ ਫੜਿਆ ਜਾ ਰਿਹਾ ਨਮਕ ਪੈ ਰਿਹਾ ਨਮਕ ਕਾਲੀ ਮਿਰਚ ਥੋੜ੍ਹੀ ਹੋਰ ਪਾ ਥੋੜ੍ਹੀ ਜਿਹੀ ਹੋਰ ਕਿਆ ਬਾਤ ਹੈ ਸਾਧ ਯਕੀਨ ਕਰੋ ਲਹਿਰਾਂ ਬਹਿਰਾਂ ਹੋ ਗਈਆਂ ਕੋਈ ਗਰਮ ਮਸਾਲਾ ਨਹੀਂ ਪਾਇਆ ਸਾਧ ਨੇ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਸਿਰਫ ਕਾਲੀ ਮਿਰਚ ਅਤੇ ਨਮਕ ਪਿਆਜ਼ ਅਦਰਕ ਲਸਣ ਅਤੇ ਟਮਾਟਰ ਸਿਰਫ ਆਉਣ ਲਈ ਸਾਧ ਜੀ ਥੋੜ੍ਹਾ ਚੱਕ ਹੀ ਚੈੱਕ ਕਰਾਓ ਮੇਰਾ ਕੈਸੀ ਬਣੀ ਕਿਆ ਬਾਤ ਹੈ ਸਾਧ ਹੁਣ ਤਾਂ ਲੱਗਾ ਹਲਕੀ ਜਿਹੀ ਕਾਰਨਿਸ਼ ਕਰਨ ਕੜਾਈ ਬਿਲਕੁਲ ਤਿਆਰ ਆ ਮਾਸ਼ਾਅੱਲਾ ਖਾਣ ਵਾਸਤੇ ਬਿਲਕੁਲ ਰੇਡੀ ਆ ਜਵਾਨ ਰੋਟੀ ਲੈਣ ਚਲੇ ਗਏ ਆ ਅਤੇ ਯਕੀਨ ਕਰੋ ਉਸਤਾਦ ਕੋਈ ਸੀਕਰਟ ਰੈਸਪੀ ਰੱਖੀ ਤੁਸੀਂ ਵਿੱਚ ਨਹੀਂ ਸਾਰੀਆਂ ਸੀਕਰਟ ਇਹ ਕੋਈ ਸੀਕਰਟ ਨਹੀਂ ਅਸੀਂ ਰੱਖੀ ਉਸਤਾਦ ਨੇ ਮੇਰੇ ਨੇ ਸਾਰੀਆਂ ਸਾਹਮਣੇ ਰੈਸਪੀਆਂ ਤਿਆਰ ਕੀਤੀਆਂ ਵਾ ਅਤੇ ਸਾਹਮਣੇ ਪਾਈਆਂ ਉਹਨਾਂ ਲੋਕਾਂ ਤਰ੍ਹਾਂ ਤਾਂ ਨਹੀਂ ਹੈ ਭਾਈ ਆ ਸੀਕਰਟ ਰੈਸਪੀ ਜਿਹੜੀ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਖੁੱਲ੍ਹੇ ਦਿਲ ਨਾਲ ਖਾਓ ਬਣਾਓ ਅਤੇ ਖਾਓ ਪੀਓ ਅਤੇ ਫਿਰ ਤੁਸੀਂ ਸਾਨੂੰ ਦੱਸਿਓ ਕੈਸੀ ਕੜਾਈ ਬਣੀ ਹੈ ਮਾਸ਼ਾਅੱਲਾ ਜੀ ਸਾਲਣ ਆ ਗਿਆ ਜੀ ਦੋ ਬੰਦੇ ਸਾਲਣ ਅਤੇ ਨਾਲ ਰਾਇਤਾ ਅਤੇ ਨਾਲ ਰੋਟੀਆਂ ਅਤੇ ਹੁਣ ਮੈਂ ਤੁਹਾਨੂੰ ਖਾ ਕੇ ਟੇਸਟ ਕਰਕੇ ਅਤੇ ਫਿਰ ਦੱਸਦਾ ਕੈਸਾ ਬਣਿਆ ਲਓ ਜੀ ਬਿਸਮਿਲਲਾਹ ਰਹਿਮਾਨ ਰਹੀਮ ਉਸਤਾਦ ਉਹਨਾਂ ਦੇ ਆਪਣਾ ਹੱਥ ਸਾਲਣ ਬਣਿਆ ਹੋਇਆ ਓਏ ਹੋਏ 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 ਗੋਸ਼ਤ ਕਰ ਕੈਸਾ ਗੜਿਆ ਇਹ ਬਣਾਇਆ ਨਵਾਲਾ ਹਲਕਾ ਜਿਹਾ ਲਾਇਆ ਰਾਇਤਾ ਅਤੇ ਇਹ ਬਣ ਗਿਆ ਨਵਾਲਾ ਖਾਣ ਵਾਹ ਮੁਬਸ਼ਰ ਪੁੱਤਰ ਅਖੀਰ ਕਰ ਗਿਆ ਐਂਡ ਕਰ ਗਿਆ